ਵਾਅਦਾ ਕੀਤਾ ਸੀ ਸਾਨੂੰ ਯੂਰਪ ਪਹੁੰਚਾਉਣ ਦਾ, ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ 7 ਦਿਨਾਂ ਦੇ ਵਿੱਚ ਪਹੁੰਚ ਜਾਓਗੇ ਯੂਰਪ, ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ। ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ, ਅਸੀਂ ਧੰਨਵਾਦ ਕਰਦੇ ਹਾਂ ਇੰਡੀਅਨ ਅੰਬੈਸੀ ਦਾ ਵੀ, ਇਹਨਾਂ ਨੇ ਬੜੀ ਜਲਦੀ, ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17-20 ਨੂੰ, ਅਤੇ 24 ਤਰੀਕ ਨੂੰ ਇਹ ਬੱਚੇ ਜਿਹੜੇ ਸੀ ਆ ਇਹ ਵਾਪਸ ਆ ਗਏ। ਜੀ ਅਸੀਂ ਇਹੀ ਕਹਿਣਾ ਚਾਹੁੰਦੇ 2 'ਚ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ, ਉੱਥੇ ਬਿਲਕੁਲ ਮੁੰਡੇ ਮਰ ਰਹੇ ਆ। ਮੇਰਾ ਨਾਮ ਲਖਵੀਰ ਸਿੰਘ, ਪਿੰਡ ਮੇਮੂਵਾਲ ਮਾਲਾ, ਜ਼ਿਲ੍ਹਾ ਜਲੰਧਰ, ਮੈਂ ਪੰਜਾਬ ਦਾ ਰਹਿਣ ਵਾਲਾ। ਅਸੀਂ ਜੰਟਾ ਰਾਹੀਂ ਗਏ ਸੀਗੇ ਆਪਣੇ, ਪਹਿਲਾਂ ਵਾਅਦਾ ਕੀਤਾ ਸੀ ਸਾਨੂੰ ਯੂਰਪ ਪਹੁੰਚਾਉਣ ਦਾ, ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ 7 ਦੇ ਵਿੱਚ ਪਹੁੰਚ ਜਾਓਗੇ ਯੂਰਪ, ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ, ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ। 13 lakh ਰੁਪਇਆ ਸਾਡੇ ਤੋਂ ਨਗਦ, ਅਤੇ 2 lakh ਰੁਪਇਆ ਨਾਲ ਅਸੀਂ ਲੈ ਕੇ ਗਏ, ਜਿਹੜਾ 15 lakh ਕੁੱਲ ਲੈ ਕੇ ਗਏ। ਹਾਂਜੀ, ਪਹਿਲਾਂ ਈ ਵੀਜ਼ਾ ਲੈ ਕੇ ਦਿੱਤਾ ਇਹਨਾਂ ਨੇ ਓਮਾਨ ਦਾ, ਓਮਾਨ ਅਸੀਂ ਰਹੇ 13, ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ ਓਮਾਨ ਤੁਸੀਂ, ਪਰ ਇਹਨਾਂ ਨੇ 13 ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ, ਅਤੇ ਉਸ ਤੋਂ ਬਾਅਦ ਓਮਾਨ ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ 16 ਦਾ ਲੈ ਕੇ ਦਿੱਤਾ। ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਕੇ, ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਹੀਂ ਆਪਾਂ ਭੇਜਣਾ ਯੂਰਪ, ਪੋਲੈਂਡ ਥਾਣੀ, ਲਾਤਵੀਆ ਥਾਣੀ, ਪਰ ਟੈਕਸੀ ਰਾਹੀਂ ਸਾਨੂੰ 20 km ਜਾ ਕੇ ਜੰਗਲ 'ਚ ਛੱਡਤਾ। ਅਸੀਂ 9 ਜੰਗਲਾਂ 'ਚ ਰਹੇ ਹਾਂ, ਜਿਹਦੇ ਵਿੱਚ ਸਾਡੇ ਤੋਂ ਖਾਣ ਪੀਣ ਲਈ ਕੁਝ ਵੀ ਨਹੀਂ ਸੀ, ਖਾਣ ਪੀਣ ਲਈ ਸਿਰਫ 1-2 ਦਿਨ ਦਾ ਸਮਾਨ ਸੀਗਾ, ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕੁਟ, ਚੋਕਲੇਟ ਵਗੈਰਾ ਇੱਦਾਂ ਦਾ ਛੋਟਾ ਮੋਟਾ ਸਮਾਨ, ਬ੍ਰੈਡ ਵਗੈਰਾ ਸੀ, ਅਤੇ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ, ਅਤੇ 9 ਬਰਫ਼ ਦੇ ਵਿੱਚ ਅਸੀਂ ਰਹੇ ਹਾਂ। ਹਾਂਜੀ, ਬਾਬਾ ਜੀ ਨੇ ਸਾਨੂੰ, ਸੰਤ ਅਵਤਾਰ ਸਿੰਘ ਜੀ ਸੀਚੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮੰਗਾਇਆ 6 ਜਣਿਆਂ ਨੂੰ, 5 ਜਣੇ ਅਸੀਂ ਪੰਜਾਬ ਦੇ ਅਤੇ 1 ਹਰਿਆਣਾ ਦਾ, ਹਰਿਆਣਾ ਦਾ ਮੁੰਡਾ ਸੀਗਾ। 24 ਤਰੀਕ ਨੂੰ ਅਸੀਂ ਵਾਪਸ ਆਏ ਹਾਂ, 17 ਨੂੰ ਮੇਲ ਪਾਈ ਸੀਗੀ, ਅਤੇ 4 ਜਣਿਆਂ ਦੀ 20 ਤਰੀਕ ਨੂੰ ਮੇਲ ਪਾਈ ਸੀ, ਉਸ ਤੋਂ 4-5 ਦਿਨ ਬਾਅਦ ਸਾਨੂੰ ਛੱਡ ਦਿੱਤਾ ਗਿਆ। ਅਸੀਂ ਜੀ ਉੱਥੇ 2.5 ਮਹੀਨੇ ਤੋਂ ਧੱਕੇ ਖਾ ਰਹੇ ਸੀਗੇ, ਅਤੇ ਫਿਨਲੈਂਡ ਦੇ ਬਾਰਡਰ 'ਤੇ 3 ਗਏ, ਫਿਰ ਲਾਤਵੀਆ ਵਾਲੇ ਬਾਰਡਰਾਂ 'ਤੇ ਪੁਲਿਸ ਨੇ, ਆਰਮੀ ਨੇ ਸਾਨੂੰ ਕੁੱਟਿਆ, ਅਤੇ ਨਾਲੇ ਭੁੱਖਣ ਭਾਣੇ 9 ਜੰਗਲਾਂ 'ਚ ਘੁੰਮਦੇ ਰਹੇ। ਡੋਂਕਰਾਂ ਨੇ ਮਾਰਕੁੱਟ ਨਹੀਂ ਕੀਤੀ, ਪਰ ਉਹਨਾਂ ਦੇ ਜਿਹੜੇ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ, 1 ਦਿਨ ਸਾਰੀ 14-14 ਘੰਟੇ ਲਗਾਤਾਰ ਤੁਰ ਕੇ ਜਾਂਦੇ ਸੀ ਸਾਨੂੰ, 10 ਮਿੰਟ ਸਾਹ ਲੈ ਲਿਆ ਫਿਰ ਤੁਰ ਪਓ, 10 ਮਿੰਟ ਸਾਹ ਲੈ ਲਿਆ ਫਿਰ ਤੁਰ ਪਓ। ਹਾਂਜੀ, ਅਸੀਂ ਇਹੀ ਕਹਿਣਾ ਚਾਹੁੰਦੇ 2 'ਚ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ, ਉੱਥੇ ਬਿਲਕੁਲ ਮੁੰਡੇ ਮਰ ਰਹੇ ਆ, ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ, ਕੁਝ ਜੰਗਲਾਂ 'ਚ ਬਰਫ਼ ਦੀ ਵਜ੍ਹਾ ਨਾਲ ਮਰ ਰਹੇ ਆ, ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉੱਥੇ, ਅਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮੰਗਵਾਉਣੀ ਹੋਵੇ ਤਾਂ 18-20 lakh ਰੁਪਇਆ ਮੰਗਦੇ ਨੇ। ਹਾਂਜੀ, ਉੱਥੇ ਇਸ ਤਰ੍ਹਾਂ ਸਾਡੇ ਨਾਲ ਦੇ, ਸਾਡੀ ਨਿਗਾਹ 'ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ, ਅਤੇ ਜਿਹੜੀ ਨਿਗਾਹ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਹੀ ਨਹੀਂ। ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ 5-6 ਨੌਜਵਾਨ, ਜਿਹਨਾਂ ਦੇ ਵਿੱਚੋਂ 5 ਪੰਜਾਬ ਦੇ ਸੀ ਅਤੇ 1 ਹਰਿਆਣਾ ਦਾ ਸੀ। 5 ਆਪਣੇ ਕੋਲ ਆ ਗਏ, ਇਹ ਬਲਵਿੰਦਰ ਸਿੰਘ ਵਾਸੀ ਸੋਹਣਾ ਫਾਜ਼ਿਲਕਾ ਤੋਂ, ਗੁਰਮੀਤ ਸਿੰਘ ਵਾਸੀ ਕਪੂਰਥਲਾ, ਗੁਰਵਿਸ਼ਵਾਸ ਸਿੰਘ ਗੁਰਦਾਸਪੁਰ ਤੋਂ, ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ, ਲਖਵੀਰ ਸਿੰਘ ਸਾਹਕੋਟ ਜਲੰਧਰ ਤੋਂ, ਅਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ। ਇਹ 6 ਬੱਚੇ ਜਿਹੜੇ ਹੈਗੇ ਆ ਫਸੇ ਹੋਏ ਸੀਗੇ ਸਾਡੇ ਕੋਲ। ਇੱਕ ਦਿਨ ਜਿਹੜੇ ਇਹਨਾਂ ਦੇ
ਬ੍ਰਦਰ ਆਏ ਸੀਗੇ ਆਪਣੇ, ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀਗੀ ਵੀ ਬਾਬਾ ਜੀ ਸਾਡੇ ਬੱਚੇ ਬੱਚਾ ਜਿਹੜਾ ਬਾਹਰ ਫਸਿਆ ਉਹ, ਅਤੇ ਉਹਨਾਂ ਦੇ ਨਾਲ ਪੰਜ ਚਾਰ ਜਿਹੜੇ ਹੈਗੇ ਆ ਹੋਰ ਵੀ ਉੱਥੇ ਨੌਜਵਾਨ ਜਿਹੜੇ ਹੈਗੇ ਫਸੇ ਹੋਏ ਆ, ਅਸੀਂ ਉਹਦਾ ਅੰਬੈਸੀ ਦੇ ਨਾਲ ਸੰਪਰਕ ਕੀਤਾ ਅਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ। ਅਸੀਂ ਧੰਨਵਾਦ ਕਰਦੇ ਹਾਂ ਇੰਡੀਅਨ ਅੰਬੈਸੀ ਦਾ ਵੀ, ਜਿਹਨਾਂ ਨੇ ਬੜੀ ਜਲਦੀ, ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17 ਅਤੇ 20 ਨੂੰ, ਅਤੇ 24 ਤਰੀਕ ਨੂੰ ਇਹ ਬੱਚੇ ਜਿਹੜੇ ਛੇ ਆ ਇਹ ਵਾਪਸ ਆ ਗਏ। ਸੋ ਇਹ ਮਾਂ ਬਾਪ ਦੇ ਕੋਲ ਪਹੁੰਚ ਗਿਆ। ਸੋ ਬੜੀ ਦੁੱਖ ਦੀ ਗੱਲ ਹੈ ਕਿ ਇਹਨਾਂ ਕੋਲ 13-13 ਲੱਖ ਨਗਦ ਅਤੇ 2-2, 2.5-2.5 ਲੱਖ ਰੁਪਈਆ ਇਹਨਾਂ ਕੋਲ ਖਰਚਣ ਵਾਸਤੇ ਏਜੰਟਾਂ ਨੇ ਲਿਆ, ਅਤੇ ਪਤਾ ਨਹੀਂ ਕਿਹੜੇ ਕਿਹੜੇ ਬੋਰਡਰਾਂ 'ਤੇ ਕੋਈ ਜਿਸ ਤਰ੍ਹਾਂ ਹੈਗਾ ਪਸ਼ੂਆਂ ਵਾਂਗੂ ਧੱਕ ਦਿੰਦੇ ਸੀ, ਉਹ ਅੱਗੇ ਗਾਂ ਫੜ ਕੇ ਕਹਿ ਦੇ ਵਾਪਸ ਕਰ ਦਿੰਦੇ ਸੀ। ਇਸੇ ਤਰ੍ਹਾਂ ਹੀ ਵਾਰ ਵਾਰ ਫਿਰ ਇਹ ਰਸ਼ੀਆ ਚਲੇ ਗਏ, ਰਸ਼ੀਆ ਜਾ ਕੇ ਉੱਥੇ ਫਸ ਗਏ ਅਤੇ ਉੱਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਅਤੇ ਸਾਡੇ ਕੋਲ ਜਦੋਂ ਪਹੁੰਚੇ ਤਾਂ ਅਸੀਂ ਇਹਨਾਂ ਨੂੰ ਜਿਹੜਾ ਹੈ ਅੰਬੈਸੀ ਨਾਲ ਜਿਹੜਾ ਹੈਗਾ ਸੰਪਰਕ ਕੀਤਾ, ਅਤੇ ਏਜੰਟ ਇਹਨਾਂ ਨੂੰ ਵਾਰ ਵਾਰ ਕਦੇ ਫਿਨਲੈਂਡ ਕਦੇ ਰਸ਼ੀਆ ਵੱਖ ਵੱਖ ਥਾਵਾਂ ਦੇ ਉੱਤੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ, ਅਤੇ ਜੋ ਇਹਨਾਂ ਨੇ ਦੱਸਿਆ ਅਤੇ ਇਹਨਾਂ ਦੀ ਜਿਹੜੀ ਸਿਹਤ ਪੱਖੋਂ ਵੀ ਬੜੇ ਇਹ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਛ ਨਹੀਂ ਸੀ ਮਿਲਦਾ, ਥੋੜ੍ਹਾ ਬਹੁਤਾ ਜਿਹੜਾ ਹੈਗਾ ਉਹ ਦਿੰਦੇ ਸੀ, ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ। ਸੋ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਕੱਟੀ। ਅਸੀਂ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸਾਨੂੰ ਏਜੰਟ ਦਿਖਾ ਦਿੰਦੇ ਆ, ਅਤੇ ਉਸ ਮਗਰੋਂ ਜਦੋਂ ਮਾਂ ਬਾਪ ਦੇ ਕੋਲੋਂ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਣਦੇ ਆ। ਇਹ ਦੱਸ ਰਿਹਾ ਅੱਗੇ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਆ ਮਰ ਵੀ ਚੁੱਕੇ ਆ, ਇਹਨਾਂ ਦੇ ਸਾਹਮਣੇ ਵੀ ਮਰਿਆ ਬੰਦਾ। ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ, ਅਤੇ ਅਸੀਂ ਬੇਨਤੀ ਕਰਾਂਗੇ ਕਿ ਇੱਥੇ ਮਹਾਰਾਜ ਨੇ ਕਿਰਪਾ ਕੀਤੀ ਹੈ, ਇੱਥੇ ਮਿਹਨਤ ਕਰੋ, ਇਸ ਤਰ੍ਹਾਂ ਦੇ ਤਰੀਕੇ ਨੇ ਜੇ ਜਾਣਾ ਵਾ ਤਾਂ ਸਹੀ ਤਰੀਕੇ ਦੇ ਨਾਲ ਬਾਹਰ ਜਾਓ, ਆਈਲੈਟਸ ਕਰਕੇ ਜਾਂਦੇ ਆ ਜਾਂ ਕੁਛ ਵਰਕ ਪਰਮਿਟ ਦੇ ਉੱਤੇ ਜਾਓ। ਜਦੋਂ ਇਸ ਤਰ੍ਹਾਂ ਏਜੰਟਾਂ ਦੀਆਂ ਭਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ, ਹਰ ਕੋਈ ਸੋਚਦਾ ਕਿ ਮੇਰਾ ਬੱਚਾ ਚੱਲ ਜੂਗਾ, ਮੇਰੀ ਗਰੀਬੀ ਚੱਕੀ ਜਾਊਗੀ, ਜਦੋਂ ਕਿ ਜੋ ਕੁਛ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਜਿਹੜੇ ਹੈਗੇ ਆ ਉਹ ਖੋਹ ਲੈਂਦੇ ਆ, ਅਤੇ ਮਗਰੋਂ ਲਾਚਾਰ ਅਵਸਥਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਹੈ, ਕਿਸ ਤਰ੍ਹਾਂ ਬਰਫ਼ਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋੜਦੇ ਆ, ਕਿਸ ਤਰ੍ਹਾਂ ਦੇ ਉਹ ਦਿਨ ਜਿਹੜੇ ਹੈਗੇ ਭੁੱਖਣ ਭਾਣੇ ਕੱਢਦੇ ਆ, ਬਹੁਤ ਅਸੀਂ ਬੇਨਤੀ ਕਰਾਂਗੇ ਕਿ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਣਾ ਵੀ ਨਹੀਂ ਚਾਹੀਦਾ, ਇੱਥੇ ਮਿਹਨਤ ਕਰੋ, ਅਤੇ ਜੇਕਰ ਮਾਂ ਬਾਪ ਨੂੰ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਪਾਲ ਪਲੋਸ ਕੇ ਵੱਡੇ ਕੀਤਾ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੋ, ਨਾਲੇ ਆਪਣਾ ਘਰ ਲੁਟਾ ਰਹੇ ਹਾਂ ਅਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਜਿਹੇ ਥਾਂ 'ਤੇ ਸੁੱਟ ਰਹੇ ਹਾਂ ਜਿੱਥੇ ਉਹਦਾ ਕੋਈ ਵਾਲੀ ਵਾਰਸ ਨਾ ਹੋਵੇ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬੱਚੇ ਘਰ ਆਏ ਆ, ਇਹਦਾ ਅਸੀਂ ਬੱਚਿਆਂ ਨੂੰ ਵੀ ਇਹਨਾਂ ਦੇ ਮਾਂ ਬਾਪ ਦਾ ਵੀ ਜਿੱਥੇ ਜਿਹੜਾ ਧੰਨਵਾਦ ਕਰਦੇ ਆ, ਸ਼ੁਕਰਗੁਜ਼ਾਰ ਕਰਦੇ ਆ ਜੋ ਅੰਬੈਸੀ ਦਾ ਅਤੇ ਉਹ ਸਾਰੇ ਅਧਿਕਾਰੀਆਂ ਦਾ ਜਿਹਨਾਂ ਨੇ ਐਫਰਟ ਕਰਕੇ ਇਹਨਾਂ ਨੂੰ ਛਡਾਇਆ, ਬਹੁਤ ਬਹੁਤ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਬਾ ਜੀ ਟਰੈਵਲ ਏਜੰਟ ਭੇਜ ਰਹੇ 2 ਨੰਬਰ 'ਤੇ, ਕੀ ਉਹਨਾਂ ਦੀ ਕੋਈ ਕਾਰਵਾਈ ਕੀਤੀ ਜਾਊ ਤੁਹਾਡੇ ਕੋਲ ਕੋਈ? ਹਾਂ, ਅਸੀਂ ਤਾਂ ਇਹਨਾਂ ਨੂੰ ਕਵਾਂਗੇ ਜਿਹੜੇ ਹੈਗੇ ਆ, ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਤੀਕਰ ਪਹਿਲਾਂ ਹੀ ਪਹੁੰਚ ਗਈ ਆ, ਕਿਉਂਕਿ ਜਦੋਂ ਅਸੀਂ ਇਹਨਾਂ ਦੇ ਉੱਤੇ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਹੈ ਅਸੀਂ ਉਹਦੇ ਨਾਲ ਕਹਿੰਦੇ ਹਾਂ ਕਿ ਨਾਲ ਜਿਸ ਏਜੰਟ ਨੂੰ ਤੁਸੀਂ ਰਾਹੀਂ ਇਹ ਗਏ ਆ ਉਹਦੇ ਉੱਤੇ ਵੀ ਜਿਹੜੀ ਹੈਗੀ ਆ ਕਾਰਵਾਈ ਕਰੇ। ਅਸੀਂ ਅੱਗੇ ਵੀ DGP ਨੂੰ ਸਾਹਿਬ ਨੂੰ ਮਿਲੇ ਹਾਂ ਅਤੇ ਇਹਦੇ ਉੱਤੇ ਵਿਸ਼ੇਸ਼ ਤੌਰ 'ਤੇ ਫਿਰ ਧਿਆਨ ਦਿੰਦੇ ਹਾਂ ਕਿ ਜਿਹੜਾ ਬਹੁਤ ਕੁਛ ਜਿਹੜਾ ਇਹ ਠੱਗੀਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਸਰੀਰਕ ਇਹਨਾਂ ਦਾ ਜਿਹੜਾ ਹੈਗਾ
ਉਹਦੇ ਮਾਨਸਿਕ ਪੀੜਾ ਜੋ ਇਹਨਾਂ ਨੇ ਝੱਲੀ ਹੈ ਉਹਦੇ ਨਾਲ ਆਰਥਿਕ ਤੌਰ 'ਤੇ ਲੁੱਟਿਆ ਜਾ ਰਿਹਾ, ਇਹ ਬੰਦ ਹੋਣਾ ਚਾਹੀਦਾ।